ਆਲਟਰਨੇਟ ਚੈਨਲ ਦੇ ਤੁਹਾਡਾ ਸਵਾਗਤ। ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਚੋਣ ਕਮਿਸ਼ਨ ਦਾ ਪੁਤਲਾ ਗਾਂਧੀ ਚੌਂਕ ਬਟਾਲਾ ਵਿਖੇ ਫੂਕਿਆ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਸ਼ਿਵ ਸੈਨਾ ਬਾਲਾ ਸਾਹਿਬ ਉਧਵ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ, ਉਪ ਪ੍ਰਧਾਨ ਪੰਜਾਬ ਰਮੇਸ਼ ਨਈਅਰ, ਧਾਰੀਵਾਲ ਤੋਂ ਹਨੀ ਮਹਾਜਨ ਤੇ ਅੰਮ੍ਰਿਤਸਰ ਤੋਂ ਸੰਜੀਵ ਭਾਰਦਵਾਜ ਦੀ ਅਗਵਾਈ ਵਿਚ ਚੋਣ ਕਮਿਸ਼ਨ ਦਾ ਪੁਤਲਾ ਗਾਂਧੀ ਚੌਂਕ ਬਟਾਲਾ ਵਿਖੇ ਫੂਕਿਆ ਗਿਆ। ਇਸ ਪੁਤਲਾ ਫੂਕ ਮੁਜ਼ਾਹਰੇ ਦੇ ਵਿਚ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਕੇਂਦਰ ਸਰਕਾਰ ਨੂੰ ਲੋਕਤੰਤਰ ਦੀ ਹਥਿਆਰੀ ਸਰਕਾਰ ਦੱਸਿਆ ਗਿਆ। ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂਆਂ ਨੇ ਕਿਹਾ ਕਿ ਬੀਜੇਪੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਸ਼ਿਵ ਸੈਨਾ ਨੂੰ ਖਤਮ ਕਰਨ ਦੀ, ਪਰ ਸ਼ਿਵ ਸੈਨਾ ਹੋਰ ਮਜ਼ਬੂਤ ਹੋਵੇਗੀ ਤੇ ਬੀਜੇਪੀ ਦੀ ਇਹ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਮੁਜ਼ਾਹਰੇ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸ਼ਿਵ ਸੈਨਿਕਾਂ ਨੇ ਹਿੱਸਾ ਲਿਆ। ਆਓ ਦੇਖਦੇ ਹਾਂ ਆਲ ਟੂ ਨਿਊਜ਼ ਲਈ ਬਟਾਲਾ ਤੋਂ ਅਨੀਤਾ ਬੇਦੀ ਦੀ ਖਾਸ ਰਿਪੋਰਟ। ਅੱਜ ਜਿਹੜਾ ਬਟਾਲੇ 'ਚ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੇ ਨਿਰਦੇਸ਼ 'ਤੇ ਕੇਂਦਰ ਸਰਕਾਰ ਅਤੇ ਚੋਣ ਵਿਭਾਗ ਦਾ ਪੁਤਲਾ ਸਾੜਿਆ ਗਿਆ, ਕਿਉਂਕਿ ਕੇਂਦਰ ਸਰਕਾਰ ਜਿਹੜੀ ਸ਼ਿਵ ਸੈਨਾ ਦੀ ਪਹਿਲੇ ਦਿਨ ਸਰਕਾਰ ਡੇਗੀ ਸ਼ਿਵ ਸੈਨਾ ਦੀ ਮਹਾਰਾਸ਼ਟਰ ਵਿੱਚ, ਉਸ ਤੋਂ ਬਾਅਦ ਹੁਣ ਸ਼ਿਵ ਸੈਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਹਿਲੇ ਤੋੜੀ ਹੈ ਸ਼ਿਵ ਸੈਨਾ, ਫਿਰ ਹੁਣ ਖਤਮ ਕਰਨ ਦੀ ਕੋਸ਼ਿਸ਼ ਕਰਨ, ਜਿਹੜੀ ਇਹਦਾ ਸੂਬੇ ਆ ਦੇਸ਼ ਵਿੱਚ ਲੋਕਤੰਤਰ ਖਤਮ ਕਰਨ ਦੇ, ਉਹ ਕਿਸੇ ਵੀ ਕੀਮਤ ਤੋਂ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਦੇਸ਼ ਦੀ ਅੱਜ ਇਹਨਾਂ ਨੇ ਪਹਿਲੇ ਅਕਾਲੀ ਦਲ ਬਾਦਲ ਦਾ ਬੇੜਾਗਰ ਕੀਤਾ, ਫਿਰ ਬਿਹਾਰ ਵਿੱਚ ਨਿਤੀਸ਼ ਕੁਮਾਰ ਦਾ, ਫਿਰ ਇਹ ਹੁਣ ਸਮਾਜਵਾਦੀ ਪਾਰਟੀ ਦਾ, ਅਤੇ ਹੁਣ ਸਾਡੀ ਸ਼ਿਵ ਸੈਨਾ ਆਪਣੇ ਤੁਰਿਆ। ਅਤੇ ਜਿਹੜਾ ਇਹ ਸਭ ਤੋਂ ਘਟੀਆ ਵਾ ਲੋਕਤੰਤਰ ਦੀ ਹਤਹਿਰਾ ਵਾ, ਇਹ ਅਮਿਤ ਸ਼ਾਹ ਅਤੇ ਇਹ ਦੋਵੇਂ ਜਿਹੜੀ ਜੋੜੀ ਆ ਦੇਸ਼ ਦਾ ਬੇੜਾਗਰ ਕਰਨ ਰਹੀ ਆ, ਇਹਨੂੰ ਦੇਸ਼ ਦੀਆਂ ਹੋਰ ਸਮੱਸਿਆ ਤਾਂ ਆਉਂਦੀ ਨਹੀਂ, ਅਤੇ ਨਿੱਤ ਜਿਹੜੀ ਦੇਸ਼ ਦੀਆਂ ਸਮੱਸਿਆ ਨੂੰ ਉਲਝਾਉਣ ਦੀ ਖਾਤਰ, ਲੋਕਾਂ ਦਾ ਧਿਆਨ ਭਰੇ ਕਰਨ ਦੀ ਖਾਤਰ ਇਹ ਕਦੀ ਸ਼ਿਵ ਸੈਨਾ ਨਾਲ ਪੰਗਾ ਲੈ ਲੈਂਦਾ ਅਤੇ ਕਦੀ ਅਕਾਲੀ ਦਲ ਨਾਲ। ਇਹ ਜਿਹੜਾ ਘਟਨਾਵਾਂ ਵਾ ਇਹ ਸਾਬਤ ਕਰਦੀਆਂ ਕਿ ਜਿਹੜੀ ਆ ਮੋਦੀ ਆ ਇਹਦੀ ਜਿਹੜੀ ਆ ਕੋਸ਼ਿਸ਼ ਆ ਦੇਸ਼ ਨੂੰ ਤੋੜਨ ਦੀ ਹੈ, ਨਾ ਕਿ ਜੋੜਨ ਦੀ ਆ। ਇਸ ਕਰਕੇ ਅਸੀਂ ਜਿਹੜੀ ਮੰਗ ਕਰਦੇ ਹਾਂ ਕਿ ਆਪਣੇ ਰਾਸ਼ਟਰਪਤੀ ਕੋਲ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਮੋਦੀ ਦੀ ਨੂੰ ਭੰਗ ਕਰਕੇ ਦੇਸ਼ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਸਾਜਿਸ਼ ਆ ਜਿਹੜੀ ਪਾਰਟੀ 35 ਸਾਲ ਬੀਜੇਪੀ ਦੇ ਨਾਲ ਗਠਬੰਧਨ ਦੇ ਵਿੱਚ ਰਹੀ ਹੈ, ਜਿਸ ਤਰ੍ਹਾਂ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਚੌਟਾਲਿਆਂ ਨੂੰ ਇਹਨਾਂ ਨੇ ਹਰਿਆਣੇ 'ਚ ਖਤਮ ਕੀਤਾ, ਪੰਜਾਬ 'ਚੋਂ ਅਕਾਲੀ ਦਲ ਨੂੰ ਖਤਮ ਕੀਤਾ, ਇਸੇ ਤਰ੍ਹਾਂ ਛੋਟੇ ਮੋਟੇ ਦਲ ਇਹਨਾਂ ਨੇ ਕਈ ਖਤਮ ਕੀਤੇ, ਔਰ ਇਹਨਾਂ ਕੋਲ ਸਾਜਿਸ਼ ਰਚੀ ਵੀ ਆਪਾਂ ਇਸੇ ਤਰ੍ਹਾਂ ਸ਼ਿਵ ਸੈਨਾ ਨਾਲ ਕਰਾਂਗੇ ਅਤੇ ਸ਼ਿਵ ਸੈਨਾ ਦਾ ਵਜੂਦ ਖਤਮ ਕਰਾਂਗੇ। ਸ਼ਿਵ ਸੈਨਿਕ ਜਨੂੰਨੀ ਨੇ, ਜਨੂੰਨ ਨਾਲ ਭਰੇ ਨੇ, ਔਰ ਸ਼ਿਵ ਸੈਨਿਕ ਮਾਤੋ ਸ਼੍ਰੀ ਨਾਲ ਪਿਆਰ ਕਰਦੇ ਆ, ਬਾਲਾ ਸਾਹਿਬ ਠਾਕਰੇ ਨਾਲ ਪਿਆਰ ਕਰਦੇ ਆ, ਉਧਵ ਸਾਹਿਬ ਠਾਕਰੇ ਨਾਲ ਪਿਆਰ ਕਰਦੇ ਆ, ਜਿੰਨੀ ਮਰਜ਼ੀ ਇਹ ਕੋਸ਼ਿਸ਼ ਕਰ ਲੈਣ, ਇਹ ਜੋ ਕੁਛ ਹੱਥਕੰਡੇ ਇਹ ਅਖਤਿਆਰ ਕਰ ਰਹੇ ਨੇ, ਇਹ ਸਿਰਫ ਜਿਹੜਾ ਚੁਣਾਵ ਦਾ ਡਰ ਆ ਇਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਪਿੱਛੇ ਜਿਹੜਾ ਉਪ ਚੁਣਾਵ ਵਿਧਾਨ ਸਭਾ ਦਾ ਆਇਆ ਜਿਹਦੇ ਵਿੱਚ ਬੀਜੇਪੀ ਦੇ ਲੋਕਾਂ ਨੇ ਆਪਣਾ ਕੈਂਡੀਡੇਟ ਵਿਡਰਾਅ ਕਰ ਲਿਆ ਸ਼ਿਵ ਸੈਨਾ ਦੇ ਡਰ ਨਾਲ, ਔਰ ਇਹਨਾਂ ਨੂੰ ਪਤਾ ਵੀ ਚੁਣਾਵ ਦੇ ਵਿੱਚ ਅਸੀਂ ਜਾਵਾਂਗੇ ਤਾਂ ਸਾਡਾ ਇੱਥੇ ਵਜੂਦ ਖਤਮ ਹੋਏਗਾ। ਇਸ ਕਰਕੇ ਇਹਨਾਂ ਨੇ ਬੜਾ ਉੱਚਾ ਉਪਰਾਲਾ ਕਰਕੇ ਸ਼ਿਵ ਸੈਨਾ ਦਾ ਜਿਹੜਾ ਚੁਣਾਵ ਚਿੰਨ੍ਹ ਆ ਉਹਨੂੰ ਚੁਣਾਵ ਯੋਗ ਦੇ ਉੱਪਰ ਦਬਾਅ ਪਾ ਕੇ ਪੈਸੇ ਦੀ ਆਵੇ ਦੇ ਵਿੱਚ, ਜਿਸ ਤਰ੍ਹਾਂ ਸਾਡੇ ਰਾਸ਼ਟਰੀ ਪ੍ਰਵਕਤਾ ਸੰਜੇ ਰਾਓ ਸਾਹਿਬ ਨੇ ਕਿਹਾ ਵੀ 1000 ਘੋਟਾਲੇ 2000 ਕਰੋੜ ਦਾ ਇਹ ਬਹੁਤ ਵੱਡਾ ਜਿਹੜਾ ਘੁਟਾਲਾ ਇਹ ਕਰ ਰਹੇ ਨੇ, ਅਤੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਸ਼ਿਵ ਸੈਨਿਕ ਜਿਹੜੇ ਹੈਗੇ ਆ ਪਹਿਲੇ ਨਾਲੋਂ ਵੀ ਜ਼ਿਆਦਾ ਹੁਣ ਮਜ਼ਬੂਤ ਨੇ, ਜਿੰਨੇ ਮਰਜ਼ੀ ਸਿੱਤੇ ਹੋ ਜਿਹੜੇ ਸ਼ਿਵ ਸੈਨਿਕ ਨਾਲ ਤੁਸੀਂ ਕਰ ਲਓ, ਅਸੀਂ ਫਿਰ ਪੂਰੀ ਤਾਕਤ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇੱਟ ਨਾਲ ਡਿੱਟ ਜਿਹੜੀ ਹੈ ਬੀਜੇਪੀ ਅਤੇ ਚੁਣਾਵ ਯੋਗ ਦੀ ਖੜਕਾਵਾਂਗੇ। 2000 ਵੀ ਤੁਹਾਨੂੰ ਨਿਆਂ ਨਹੀਂ ਮਿਲਦਾ ਅਤੇ ਅਗਲਾ ਐਕਸ਼ਨ ਕੀ ਹੋਏਗਾ? ਚੁਣਾਵ ਲੋਕਾਂ ਦੀ ਅਦਾਲਤ, ਅੱਜ ਮਹਾਰਾਸ਼ਟਰ ਦਾ ਹਰ ਬੱਚਾ ਰੋੜਾਂ ਦੇ ਆ, ਜਿਹੜੇ ਲੋਕ ਸ਼ਿਵ ਸੈਨਾ ਨਾਲ ਪਿਆਰ ਕਰਦੇ ਆ ਰੋੜਾਂ ਦੇ ਆ, ਤਾਂ ਸਭ ਤੋਂ ਵੱਡੀ ਪੰਚਾਇਤ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੀ ਕੋਲ ਜਨਤਾ ਦੀ ਆ, ਤਾਂ ਜਨਤਾ ਦੀ ਅਦਾਲਤ ਵਿੱਚ ਜਾਣ ਨੂੰ ਇਹ ਜਿਹੜੇ ਲੋਕ ਆ ਡਰ ਰਹੇ ਨੇ। ਦੇਸ਼ ਦਾ ਇਤਿਹਾਸ ਰਿਹਾ 2024 ਦੇ ਵਿੱਚ, ਜਦੋਂ ਵੀ ਕੋਈ ਹਿਟਲਰ ਪੈਦਾ ਹੋਇਆ ਦੇਸ਼ ਵਿੱਚ, 2024 ਦੇ ਵਿੱਚ ਇਸ ਹਿਟਲਰ ਦਾ ਅੰਤ ਆਉਣਾ, ਤੁਸੀਂ ਲੋਕਾਂ ਦੇਖਣਾ ਇਹ ਦੇਸ਼ ਦੇ ਵਿੱਚ ਜਿਹੜਾ ਹਿਟਲਰ ਦੇਸ਼ ਤੱਕ ਦੇਸ਼ ਨੂੰ ਕਰਜਾਈ ਕਰਕੇ ਇਹ ਜਿਹੜਾ ਹਿਟਲਰ ਦਾ ਰੂਪ ਅਮਿਤ ਸ਼ਾਹ ਨਿਭਾ ਰਿਹਾ,
जलदे का अंत होएगा। 2024 दे विच शिवसेना पूरी फुल मजबूती महाराष्ट्र दे विच जिहड़ी आ उभर के आएगी। जय श्री राम।